ਤਾਂ ਦੋਸਤੋ ਜਿਹੜੇ ਵੀਰ ਟੋਇਲਟ ਵਿੱਚ ਹੱਗਣ ਵੇਲੇ ਮੋਬਾਈਲ ਯੂਜ਼ ਕਰਦੇ ਨੇ ਇਹ ਵੀਡੀਓ ਉਹਨਾਂ ਲਈ ਆ। ਤਾਂ ਦੋਸਤੋ ਅਕਸਰ ਹੀ ਅੱਜ ਦੀ ਡੇਟ ਦੇ ਵਿੱਚ 90% ਬੰਦੇ ਇਹੋ ਜਿਹੇ ਨੇ ਜਿਹੜੇ ਕਿ ਸੁਬਾਹ ਸੁਬਾਹ ਆ ਟੋਇਲਟ ਜਾਣ ਵੇਲੇ ਮੋਬਾਈਲ ਯੂਜ਼ ਕਰਦੇ ਨੇ, ਟੋਇਲਟ ਦੇ ਅੰਦਰ ਘੰਟਾ ਘੰਟਾ ਮੋਬਾਈਲ ਲੈ ਕੇ ਬੈਠੇ ਰਹਿੰਦੇ ਨੇ। ਉਹ ਕੰਨ ਖੋਲ੍ਹ ਕੇ ਸੁਣ ਲਓ ਸੱਜਣੋ, ਜੇਕਰ ਤੁਸੀਂ ਕੰਨ ਖੋਲ੍ਹ ਕੇ ਨਾ ਸੁਣੀ ਗੱਲ ਤਾਂ ਤੁਸੀਂ ਵੀ ਯਾਦ ਪਿਆ ਕਰੋਗੇ। ਵੀਡੀਓ ਨੂੰ ਸ਼ੇਅਰ ਕਰ ਦਿਓ। ਅੱਜ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵੱਡੀ ਘਟਨਾ ਵਾਪਰੀ, ਬਹੁਤ ਸਾਰੀਆਂ ਘਟਨਾ ਆਉਣ ਵਾਲੇ ਸਮੇਂ ਦੇ ਵਿੱਚ ਵਾਪਰਨਗੀਆਂ ਅਤੇ ਬਹੁਤ ਸਾਰੀਆਂ ਬਿਮਾਰੀਆਂ ਇਸ ਤਰੀਕੇ ਨਾਲ ਹੋ ਰਹੀਆਂ ਨੇ। ਤਾਂ ਦੋਸਤੋ ਚੀਨ ਦੇ ਵਿੱਚ ਚਿੰਗਚੌਂਗ ਸ਼ਹਿਰ ਆ, ਜਿਹਦੇ ਵਿੱਚ ਇੱਕ 24 ਸਾਲ ਦਾ ਮੁੰਡਾ ਇੱਦਾਂ ਹੀ ਟੋਇਲਟ ਦੇ ਵਿੱਚ ਗਿਆ, ਫੋਨ ਲੈ ਕੇ ਗਿਆ ਅਤੇ ਉੱਥੇ ਉਹ ਘੱਟੋ ਘੱਟ ਵੀ ਅੱਧਾ ਪੌਣਾ ਘੰਟਾ ਬੈਠਾ ਰਿਹਾ। ਰੀਲਾਂ ਵੇਖੀ ਜਾਵੇ, ਫੇਸਬੁੱਕ ਵੇਖੀ ਜਾਵੇ, ਯੂਟਿਊਬ ਦੇਖੀ ਜਾਵੇ, ਘਰਦਿਆਂ ਨੇ ਸੋਚਿਆ ਵੀ ਕਮਾਲ ਹੋ ਗਈ ਆ, ਘੰਟੇ ਤੋਂ ਉੱਤੇ ਟਾਈਮ ਹੋ ਗਿਆ, ਹਜੇ ਤੱਕ ਬੰਦਾ ਆਇਆ ਕਿਉਂ ਨਹੀਂ। ਤਾਂ ਦੋਸਤੋ ਜਦੋਂ ਉਹਨਾਂ ਨੇ ਜਾ ਕੇ ਬੂਹਾ ਖੜਕਾਇਆ ਟੋਇਲਟ ਦਾ ਅਤੇ ਬਾਈ ਜੀ ਅੰਦਰੋਂ ਕੋਈ ਆਵਾਜ਼ ਨਾ ਆਵੇ, ਉਹਨਾਂ ਨੇ ਬਾਈ ਜਦੋਂ ਬੂਹਾ ਭੰਨਿਆ ਅਤੇ ਮੁੰਡਾ ਅੰਦਰ ਬੇਹੋਸ਼ ਨੰਗਣ ਹਾਲਤ ਦੇ ਵਿੱਚ ਅਤੇ ਬੇਹੋਸ਼ ਹੋਇਆ ਪਿਆ, ਮੋਬਾਈਲ ਉਹਦਾ ਹੱਥ 'ਚ ਉਵੇਂ ਹੀ ਅਤੇ ਬੇਹੋਸ਼ ਹੋਇਆ ਪਿਆ ਅਤੇ ਕੰਬੋਰਡ ਤੋਂ ਨੀਚੇ ਡਿੱਗਿਆ ਪਿਆ। ਉਹਨੂੰ ਚੱਕ ਕੇ ਲੈ ਗਏ ਹੋਸਪਿਟਲ। ਹੋਸਪਿਟਲ 'ਚ ਡਾਕਟਰ ਨੇ ਕਿਹਾ ਵੀ ਇਹ ਘੱਟੋ ਘੱਟ ਵੀ ਜਦੋਂ 30 ਮਿੰਟ ਲਗਾਤਾਰ ਟੋਇਲਟ ਸੀਟ ਦੀ ਕੰਬੋਰਡ 'ਤੇ ਬੈਠਾ ਰਿਹਾ, 30 ਮਿੰਟ ਲਗਾਤਾਰ, ਜਦੋਂ 30ਵਾਂ ਮਿੰਟ ਆਇਆ ਨਾ ਤਾਂ ਉਦੋਂ ਇਸ ਦੀਆਂ ਜਿਹੜੀਆਂ ਨਸਾਂ ਬਲੌਕ ਹੋ ਗਈਆਂ ਅਤੇ ਇਹਨੂੰ ਪੈਰਾਲਾਈਜ਼ ਹੋ ਗਿਆ, ਇਹਦੀ ਇੱਕ ਲੱਤ ਅਤੇ ਇੱਕ ਬਾਂਹ ਖੜ ਗਈ। ਡਾਕਟਰ ਨੇ ਇਹ ਰੀਜ਼ਨ ਕੱਢਿਆ ਵੀ ਮੋਬਾਈਲ ਯੂਜ਼ ਕਰਨ ਨਾਲ ਬੰਦਾ ਇੱਕ ਸਥਿਤੀ 'ਚ ਲਗਾਤਾਰ 30 ਮਿੰਟ ਬੈਠਾ ਰਿਹਾ ਲੈਟਰਿੰਗ ਕਰਨ ਵੇਲੇ। ਅਤੇ ਹੋਇਆ ਕੀ ਵੀ ਜਿਹੜੇ ਆਪਣੇ ਪੱਟ ਹੁੰਦੇ ਨਾ, ਜਿਵੇਂ ਆਪਾਂ ਜਦੋਂ ਬਹਿੰਦੇ ਹਾਂ ਇੱਦਾਂ, ਪੱਟਾਂ ਦੇ ਨੀਚੇ 2 ਨਸਾਂ ਹੁੰਦੀਆਂ ਨੇ ਜਿਹੜੀਆਂ ਕਿ ਇੱਕ ਨਸ ਉਹਨਾਂ 'ਚੋਂ ਬਲੌਕ ਹੋ ਗਈ, ਜਿਹਦੇ ਕਰਕੇ ਇੱਕ ਲੱਤ ਅਤੇ ਇੱਕ ਬਾਂਹ ਉਹਦੀ ਪੈਰਾਲਾਈਜ਼ ਹੋ ਗਈ ਅਤੇ ਉਹ ਜੀ ਬੇਹੋਸ਼ ਹੋ ਗਿਆ ਅਤੇ ਇਸ ਵਕਤ ਉਹ ਦਾਖਲ ਆ। ਦੋਸਤੋ ਇਹੋ ਜਿਹੇ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਕਿ ਹਜੇ ਤੱਕ ਸਾਹਮਣੇ ਨਹੀਂ ਆਈਆਂ। ਤਾਂ ਦੋਸਤੋ ਲਗਾਤਾਰ 30-30, 35-35, 40-40 ਮਿੰਟ ਲੈਟਰਿੰਗ ਦੇ ਵਿੱਚ ਮੋਬਾਈਲ ਯੂਜ਼ ਕਰਨ ਨਾਲ, ਲਗਾਤਾਰ ਉਸ ਪੋਜੀਸ਼ਨ 'ਚ ਬੈਠਣ ਨਾਲ ਬਵਾਸੀਰ ਹੁੰਦਾ, ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ। ਦੋਸਤੋ ਮੈਂ ਇਹ ਕਹਿੰਦਾ ਵੀ ਹਰ ਇੱਕ ਬੰਦੇ ਨੂੰ ਇਹ ਵੀਡੀਓ ਸ਼ੇਅਰ ਕਰੋ ਅਤੇ ਆਪਦੇ ਨਿੱਕੇ ਨਿੱਕੇ ਬੱਚਿਆਂ ਨੂੰ, ਸਿਆਣਿਆਂ ਨੂੰ ਵੀ। ਮੈਂ ਤਾਂ ਆਪ ਲੈ ਕੇ ਜਾਂਦਾ ਸੀ, ਆਪਾਂ ਕਿਉਂ ਝੂਠ ਮਾਰੀਏ, ਮੈਂ ਤਾਂ ਆਪ ਮੋਬਾਈਲ ਲੈ ਕੇ ਜਾਂਦਾ ਸੀ ਅਤੇ ਕੱਲ੍ਹ ਤੋਂ ਮੈਂ ਬੰਦ ਕੀਤਾ ਇਹ, ਤੁਹਾਡੇ ਅੱਗੇ ਮੈਂ ਸੱਚਾਈ ਰੱਖ ਲਿਆ ਕਿਉਂਕਿ ਮੈਂ ਝੂਠ ਨਹੀਂ ਮਾਰਦਾ। ਹਰ ਕੋਈ ਬੰਦਾ ਲੈ ਕੇ ਜਾਂਦਾ, ਭਲਾਂ ਦੀ ਲੱਖ, ਭਲਾਂ ਦੀ ਅਖਬਾਰ ਹੋਵੇ, ਭਲਾਂ ਦੀ ਮੋਬਾਈਲ ਹੋਵੇ, ਜਦੋਂ ਉਹਨੇ ਹੱਗਣ ਜਾਣਾ ਅਤੇ ਮੋਬਾਈਲ ਜਾਂ ਅਖਬਾਰ ਉਸਦੇ ਹੱਥ ਵਿੱਚ ਹੁੰਦਾ ਹੀ ਹੁੰਦਾ, ਕਿਉਂਕਿ ਅੱਜ ਕੱਲ੍ਹ ਆਪਾਂ ਟਾਈਮ ਪਾਸ ਵਾਸਤੇ ਮੋਬਾਈਲ ਰੱਖ ਲਿਆ, ਫਾਲਤੂ ਟਾਈਮ ਆਪਣੇ ਕੋਲ ਕੱਢਿਆ ਮੋਬਾਈਲ, ਚਲੋ ਵੀ ਰੀਲਾਂ ਵੇਖ ਲਈਆਂ, ਫੇਸਬੁੱਕ ਵੇਖ ਲਿਆ, ਰੀਲਾਂ ਵੇਖ ਲਈਆਂ, ਰੀਲਾਂ ਵੇਖ ਲਈਆਂ, ਉਹਨੂੰ ਐਂ ਸਕਰੋਲ ਕਰਦੇ ਕਰਦੇ ਐਂ ਕਰਦੇ ਕਰਦੇ ਆਪਾਂ ਟਾਈਮ ਟਪਾ ਲੈਂਦੇ, ਉਹਨੇ ਚਿਰ ਨੂੰ ਘੁੱਗੀ ਕੈਂ ਹੋ ਜਾਂਦੀ ਹੈ ਨਾ। ਤਾਂ ਬਹੁਤ ਵੱਡਾ ਇਹ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ। ਕੋਸ਼ਿਸ਼ ਕਰੋ ਬੱਚਿਆਂ ਨੂੰ ਮੋਬਾਈਲ ਦਿਨ 'ਚ ਅੱਧਾ ਘੰਟਾ, ਲੈਟਰਿੰਗ ਵੇਲ ਜਾਣ ਵੇਲੇ ਬਿਲਕੁਲ ਨਹੀਂ ਦੇਣਾ ਉਹਨੂੰ, ਕਿ ਬੇਟਾ ਨਾ ਜਾ ਦੇਖ ਲਿਆ, ਜੇ ਮੋਬਾਈਲ ਉਹਦੇ ਹੱਥ 'ਚ ਨਾ ਹੋਇਆ ਨਾ ਤਾਂ ਉਹ ਮਿੰਟ 2 ਤੋਂ ਵੱਧ 5 ਮਿੰਟ ਲਾਊਗਾ। ਨਹੀਂ ਤਾਂ ਕਈਆਂ ਘਰਾਂ ਦੇ ਵਿੱਚ ਤਾਂ ਮੈਂ ਦੇਖਿਆ ਜੇ 3-4 ਪੁਰਾਣੀ ਆ ਨਾ ਤਾਂ ਘੱਟੋ ਘੱਟ ਵੀ 2-2.5 ਘੰਟੇ ਤਾਂ ਉਹਨਾਂ ਦੇ ਟੋਇਲਟ ਦੇ ਵਿੱਚ ਹੀ ਲੰਘ ਜਾਂਦੇ ਨੇ। ਸੱਚੀ ਉਹ ਗੱਲ ਆ। ਬਾਕੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ।